जा रहे थे जो कोई मकला बंदा वा घर दूंगे एक छोटा बच्चा वो ज्यादा ढिला दिता वा और देखो जो पक्की पुखी चल के जरा कर ली टाइम पास करने तुसीं देख रहे हो पंजाब 24 ते मैं हाँ तुहाडा अपना सुरिंदर सिंह। अज आपां तुहानूं लै के आए जिला तरन तारण के पिंड कल कदगिल दे विच। उत्थों दे इक गरीब परिवार दे नाल तुहाडी करदे आ गलबात। उहनां दे घर दे जिहड़े आ तुहानूं हालात विखाउणे आ कि एक गरीब परिवार आ ये वीर जिहड़ा दिहाड़ी टप्पा करदा है पर जिहड़ी दिहाड़ी आ उह भी बहुत घट मिलदी आ ते उहदे जिहड़े घर दा गुजारा है बहुत ही मुश्किल चलदा है ते जिहड़े घर दे हालात आ ना घर दे विच कोई बाथरूम है ना कोई चार दवारी है ना बाहर का गेट लगा है। सब तो बड़ी समस्या जी पानी की लाइट की ना घर कोई पानी का प्रबंध है तो ना कोई लाइट का ही प्रबंध है। आओ वीर दे नाल आपां करदे आं गलबात। की नाम वीर जी तुहाडा? साहब सिंह जी। ते केड़ा पिंड जी? पिंड कदगिल जिला तरनतारन जी। ते की काम करदे जी? चार दवारी वेख्या जावे ते किड्डा घर दे विच बाहर गंद पिया होया है ना कोई बाथरूम आ ना कोई लाइट आ ना कोई पानी का प्रबंध है फिर किद्दां तुहाडा गुजारा चलदा जी? दिहाड़ा देखो जी गुजारा इदां है जिवें कोई मकला बंदा वा घर दूंगे एक छोटा बच्चा वो ज्यादा ढिला दिता वा तो इस करके दिहाड़ी गुजारा करी दा रोटी पानी दा ही तो बिल्कुल तुहाडे सामने चुके नहीं जिहड़ा बच्चा है शुरू तो इदां ही नहीं जी नहीं ये जी तिना महीना दा जी उदों दा ढिला हो गया जी। ਤੇ ਜਿਹੜੇ ਘਰ ਦੇ ਆ ਉਹ ਕਿੱਦਾਂ ਘਰ ਦੇ ਸ਼ੁਰੂ ਤੋਂ ਹੀ ਅੱਛਾ ਤੇ ਜਿਹੜੀ ਢਾਡੀ ਅੱਖ ਆ ਇਹ ਵੀ ਖਰਾਬ ਹੈ ਇਹ ਕਿਸ ਤਰ੍ਹਾਂ ਹੈ? ਇਹ ਵੀ ਛੋਟੇ ਹੁੰਦੇ ਕਿਤੇ ਮੈਨੂੰ ਤਾਂ ਪਤਾ ਨਹੀਂ ਪਾਪਾ ਹੀ ਦੱਸਦਾ ਕਹਿੰਦੇ ਜਾਂ ਖਰਾਬ ਹੋ ਗਈ। ਅੱਛਾ ਇਹ ਸ਼ੁਰੂ ਤੋਂ ਹੀ ਹੈ ਜੀ। ਤੇ ਫਿਰ ਤੁਹਾਡੇ ਘਰ ਦਾ ਜਿਹੜਾ ਗੁਜ਼ਾਰਾ ਕਿੱਦਾਂ ਚੱਲਦਾ ਜੇ ਜਦਾਂ ਦਿਹਾੜੀ ਜਿੱਦਾਂ ਤੁਸੀਂ ਜਾਂਦੇ ਜੇ ਤੁਹਾਨੂੰ ਦਿਹਾੜੀ ਨਹੀਂ ਮਿਲਦੀ ਫਿਰ ਤੁਹਾਡੇ ਕੀ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲਦਾ? ਗੁਜ਼ਾਰਾ ਫਿਰ ਇਦਾਂ ਕਿ ਕੋ ਦੇ ਲੈ ਗਈ ਹੈ ਜੀ। ਅੱਛਾ ਜੀ ਹਾਂਜੀ। ਤੇ ਲੋਕਾਂ ਦਾ ਜਿਹੜਾ ਉਹ ਏਸੀਆਂ ਦੇ ਵਿੱਚ ਸੌਂਦੇ ਆ ਘਰ ਦੇ ਵਿੱਚ ਪੱਖੇ ਆ ਕਈ ਕੁਝ ਆ ਤੁਹਾਡੇ ਘਰ ਦੇ ਵਿੱਚ ਲਾਈਟ ਵੀ ਨਹੀਂ ਹੈਗੀ ਤਾਂ ਤੁਸੀਂ ਕਿੱਦਾਂ ਸਾਰਦੇ ਹੋ ਕਿੱਦਾਂ ਸੌਂਦੇ ਜੀ ਰਾਤ ਫਿਰ? ਹੁਣ ਦੇਖੋ ਜੇ ਪੱਕੀ ਪੁੱਕੀ ਚੱਲ ਕੇ ਜੀ ਜਰਾ ਕਰ ਲਈ ਨਾ ਟਾਈਮ ਵਾਸਤ ਕਰਨਾ। ਅੱਛਾ ਤੇ ਨਾ ਤੁਹਾਡੇ ਦੇ ਘਰ ਦੇ ਵਿੱਚ ਕੋਈ ਨਲਕਾ ਹੈ ਨਾ ਕੋਈ ਮੋਟਰ ਆ ਪਾਣੀ ਤੋਂ ਬਿਨਾਂ ਵੀ ਬਹੁਤ ਮੰਦਾ ਹਾਲ ਹੁੰਦਾ ਹੈਗਾ। ਹਾਂਜੀ ਪਾਣੀ ਪਾਣੀ ਵੇਖੋ ਜੇ ਲਾਗੋਂ ਲੈ ਲਈਦਾ ਲਾਗੋਂ ਗੰਢ ਗੁੰਢ ਲੈ ਤੇ ਟਾਈਮ ਪਾਸ ਕਰ ਲਈਦਾ ਟਾਈਮ ਪਾਸ। ਤੁਸੀਂ ਹੁਣ ਦਾਨੀ ਵੀਰ ਸੱਜਣਾ ਤੋਂ ਕੀ ਕਰਦੇ ਜੀ? ਮੰਗ ਮੈਂ ਉਹ ਕਰਦਾ ਇੱਕ ਬੱਚੇ ਦਾ ਇਲਾਜ ਹੋਵੇ ਦਾਨੀ ਸੱਜਣਾ ਕੋ ਇਹੋ ਬੇਨਤੀ ਕਰਦਾ ਤੇ ਇੱਕ ਪਾਣੀ ਦਾ ਪ੍ਰਬੰਧ ਤੇ ਲੈਟਰੀ ਬਾਥਰੂਮ ਹੋ ਜੀ। ਤੇ ਤੁਹਾਡਾ ਕੋਈ ਫੋਨ ਨੰਬਰ ਹੈਗਾ ਜੀ? ਹਾਂਜੀ ਮਾੜਾ ਜਿਹਾ ਬੋਲ ਕੇ ਦੱਸਿਓ ਜੀ। 8462 3543 ਇੱਕ ਵਾਰੀ ਫਿਰ ਦੱਸਿਓ ਬੋਲ ਕੇ 8462 3543। ਵੀਰ ਜੀ ਅੱਜ ਕੱਲ੍ਹ ਤੁਹਾਨੂੰ ਲੋੜ ਆ ਦਾਨੀ ਵੀਰ ਸੱਜਣਾ ਨੂੰ ਲੋੜ ਆ ਇਹੋ ਜਿਹੇ ਜਿਹੜੇ ਬੰਦੇ ਆ ਦਿਹਾੜੀਦਾਰ ਆ ਮਜ਼ਦੂਰ ਆ ਜਿਹੜੇ ਗਰੀਬ ਆ ਇਹਨਾਂ ਦੀ ਲੋੜ ਆ ਮਦਦ ਕਰਨ ਦੀ ਕਿਉਂਕਿ ਜਿਹੜੇ ਇਹ ਬੰਦੇ ਆ ਇਹਨਾਂ ਦਾ ਘਰ ਦਾ ਗੁਜ਼ਾਰਾ ਜਿਹੜਾ ਉਹ ਬਹੁਤ ਹੀ ਮੁਸ਼ਕਲ ਆ ਨਾ ਘਰ ਦੇ ਵਿੱਚ ਕੋਈ ਲਾਈਟ ਦਾ ਪ੍ਰਬੰਧ ਆ ਨਾ ਕੋਈ ਪਾਣੀ ਦਾ ਪ੍ਰਬੰਧ ਆ ਨਾ ਕੋਈ ਬਾਥਰੂਮ ਦਾ ਪ੍ਰਬੰਧ ਆ। ਦਾਨੀ ਵੀਰ ਸੱਜਣਾ ਨੂੰ ਸਾਡੇ ਚੈਨਲ ਵੱਲੋਂ ਵੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਵੀਰਾਂ ਦੀ ਬਾਂਹ ਜਿਹੜੀ ਆ ਉਹ ਫੜੀ ਜਾਵੇ। ਇੱਕ ਗਰੀਬ ਪਰਿਵਾਰ ਹੈ ਜਾਨੀ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਹੈ ਉਹਨਾਂ ਨੂੰ ਜਿਹੜਾ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਤੇ ਜਦੋਂ ਅਸੀਂ ਇੱਥੇ ਪਹੁੰਚੇ ਅਸੀਂ ਦੇਖ ਕੇ ਘਰ ਦੇ ਹਾਲਾਤ ਦੇਖ ਕੇ ਜਿਹੜਾ ਸਾਡਾ ਦਿਲ ਆ ਉਹ ਵੀ ਸਾਡਾ ਜਿਹੜਾ ਦਿਲ ਉਹ ਵੀ ਰੋਣ ਲੱਗ ਪਿਆ ਜਦੋਂ ਅਸੀਂ ਇਹ ਘਰ ਦੇ ਹਾਲਾਤ ਦੇਖੀ। ਸਰਕਾਰਾਂ ਜਿਹੜੀਆਂ ਵੱਡੀਆਂ ਵੱਡੀਆਂ ਦਾਅਵੇ ਕਰਦੀਆਂ ਹਨ ਕਿ ਜਿਹੜੇ ਆ ਗਰੀਬ ਪਰਿਵਾਰ ਆ ਇਹਨਾਂ ਨੂੰ ਸਹੂਲਤ ਮਿਲੂਗੀ ਇਹਨਾਂ ਦੀ ਪੈਨਸ਼ਨ ਲੱਗੂਗੀ ਪਰ ਇਹ ਜਿਹੜਾ ਇੱਕ ਪਰਿਵਾਰ ਆ ਇਹ ਪੈਨਸ਼ਨ ਤੋਂ ਵੀ ਵਾਂਝਾ ਹੈ ਅਤੇ ਇਹ ਵੀਰ ਦੇ ਜਿਹੜੇ ਘਰ ਦੇ ਹਾਲਾਤ ਆ ਉਹ ਬਿਆਨ ਕਰਦੇ ਹਨ ਕਿ ਜਿਹੜਾ ਇਹ ਵੀਰ ਆ ਇਹਦੀ ਜਿਹੜੀ ਇੱਕ ਅੱਖ ਆ ਉਹ ਵੀ ਖਰਾਬ ਹੈ ਅਤੇ ਇਹ ਦਿਹਾੜੀ ਟੱਪਾ ਕਰਦਾ ਹੈ। ਜਦੋਂ ਵੀਰ ਨੂੰ ਦਿਹਾੜੀ ਨਹੀਂ ਮਿਲਦੀ ਚਾਰ ਚਾਰ ਪੰਜ ਪੰਜ ਦਿਨ ਜਿਹੜੀ ਆ ਵੀਰ ਨੂੰ ਦਿਹਾੜੀ ਨਹੀਂ ਮਿਲਦੀ। ਘਰ ਵਾਲੀ ਹੈ ਉਹ ਇੱਕ ਗੂੰਗੀ ਅਤੇ ਬਹਿਰੀ ਹੈ ਅਤੇ ਇਸ ਵੀਰ ਦਾ ਜਿਹੜਾ ਛੋਟਾ ਬੱਚਾ ਹੈ 7 ਸਾਲ ਦਾ ਉਹ ਵੀ ਅਪਾਹਜ ਹੈ ਅਤੇ ਜੇ ਇਸ ਘਰ ਦੇ ਹਾਲਾਤ ਵੇਖੇ ਜਾਣ ਤਾਂ ਇਸ ਘਰ ਦੇ ਜਿਹੜੇ ਹਾਲਾਤ ਆ ਇਸ ਘਰ ਦੇ ਵਿੱਚ ਨਾ ਤਾਂ ਚਾਰ ਦੀਵਾਰੀ ਹੈ ਕੋਈ ਠੀਕ ਹੈ ਨਾ ਕੋਈ ਬਾਥਰੂਮ ਹੈ ਅਤੇ ਸਰਕਾਰਾਂ ਪਤਾ ਨਹੀਂ ਕਿਉਂ ਐਡੇ ਐਡੇ ਵੱਡੇ ਜਿਹੜੇ ਦਾਅਵੇ ਕਰਦੀਆਂ ਹਨ ਨਾ। ਸਭ ਤੋਂ ਵੱਡੀ ਜਿਹੜੀ ਗੱਲ ਆ ਇਸ ਘਰ ਦੇ ਵਿੱਚ ਜਿਹੜੀ ਸਾਰੇ ਤੋਂ ਵੱਡੀ ਜਿਹੜੀ ਸਮੱਸਿਆ ਉਹ ਇਹ ਹੈ ਕਿ ਨਾ ਘਰ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੈ ਅਤੇ ਨਾ ਹੀ ਜਿਹੜਾ ਹੈ ਕਿ ਉਹ ਪਾਣੀ ਦਾ ਕੋਈ ਪ੍ਰਬੰਧ ਹੈ। ਜਿਹੜਾ ਇਹ ਗਰੀਬ ਪਰਿਵਾਰ ਹੈ ਇਹ ਦਾਨੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ
अपील करता है, अही भी अपने चैनल के राही अपील करते हाँ, लोड़ है एहो जे भरावां दी बांह फड़न दी। दुखी भैन भरावां दे मसीहा पंजाब दे मशहूर ज्योतिष 50 सालां दा महान तजर्बा स्वामी शुक्राचार्या महाकाली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याज रुकावट, सौदन दुश्मन दा खात्मा, विदेश च पक्का होना, कीता किराया, गुप्त वशीकरण कराओ, रुसे प्रेमी प्रेमिका नूं अपने बस च करो, लाटरी नंबर पाओ भावें 649 होवे जां लुटो मैक्स। प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटण नहीं देवांगा। संपर्क करो 9879004431।